ਖਬਰਾਂ ਦੇ ਹਵਾਲੇ ਤੋਂ ਮੰਗਲਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੇ ਜਾ ਰਹੇ ਮੰਤਰੀ ਮੰਡਲ ਬਦਲਾਅ ਵਿੱਚ ਅੰਟਾਰੀਓ ਤੋਂ ਸੰਸਦ ਦੇ ਮੰਤਰੀ ਨਵਦੀਪ ਬੈਂਸ, ਨਵੀਨਤਾ ਵਿਗਿਆਨ ਅਤੇ ਉਦਯੋਗ ਮੰਤਰੀ ਕੈਬਨਿਟ ਤੋਂ ਬਾਹਰ ਹੋਣਗੇ ਅਤੇ ਨਾਲ ਹੀ ਇਹ ਵੀ ਖਬਰ ਹੈ ਕਿ ਉਹ ਅਗਲੀ ਚੋਣ ਵੀ ਨਹੀਂ ਲੜਨਗੇ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫਰਾਂਸਵਾਇਸ ਫਿਲਿਪ ਸ਼ੈਂਪੇਨ ਬੈਂਸ ਦੀ ਜਗ੍ਹਾ ਲੈਣਗੇ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਓ ਵਿਦੇਸ਼ ਮਾਮਲਿਆਂ ਵਿੱਚ ਚਲੇ ਜਾਣਗੇ। ਉਮਰ ਅਹਿਲਕਾਰਾਂ ਨੂੰ ਟਰਾਂਸਪੋਰਟ ਦਾ ਕਾਰਜਭਾਰ ਸੰਭਾਲਣ ਲਈ ਮੰਤਰੀ ਮੰਡਲ ਵਿੱਚ ਤਰੱਕੀ ਦਿੱਤੀ ਜਾਵੇਗੀ। ਨਵਦੀਪ ਬੈਂਸ ਦੇ ਕੈਬਨਿਟ ਛੱਡਣ ਅਤੇ ਚੋਣ ਨਾ ਲੜਨ ਪਿੱਛੇ ਕੀ ਕਾਰਨ ਹਨ ਹਾਲੇ ਸਪਸ਼ਟ ਨਹੀਂ ਹੈ, ਜਦੋਂ ਕਿ ਨਵਦੀਪ ਬੈਂਸ ਨੂੰ ਜਸਟਿਨ ਟਰੂਡੋ ਤੋਂ ਬਾਅਦ ਕੈਬਨਿਟ ਵਿੱਚ ਕਾਫ਼ੀ ਤਾਕਤਵਰ ਆਗੂ ਸਮਝਿਆ ਜਾਂਦਾ ਹੈ ਅਤੇ ਇਹੋ ਜਿਹੀਆਂ ਵੀ ਗੱਲਾਂ ਚੱਲ ਰਹੀਆਂ ਨੇ ਕਿ ਸ਼ਾਇਦ ਹੋ ਸਕਦਾ ਹੈ ਕਿ ਉਹ ਜਸਟਿਨ ਟਰੂਡੋ ਤੋਂ ਬਾਅਦ ਪ੍ਰਧਾਨ ਮੰਤਰੀ ਦੌੜ ਵਿੱਚ ਵੀ ਹੋ ਸਕਦੇ ਨੇ। ਇਹ ਵੀ ਦੱਸਣਾ ਬਣਦਾ ਕਿ ਸਿੱਖ ਭਾਈਚਾਰੇ ਵਿੱਚ ਨਵਦੀਪ ਬੈਂਸ ਕਾਫ਼ੀ ਤਾਕਤਵਰ ਆਗੂ ਸਮਝੇ ਜਾਂਦੇ ਰਹੇ ਨੇ। ਉਹਨਾਂ ਦਾ ਇਸ ਤਰ੍ਹਾਂ ਕੈਬਨਿਟ ਤੋਂ ਬਾਹਰ ਹੋਣਾ ਅਤੇ ਚੋਣ ਨਾ ਲੜਨ ਦੀ ਗੱਲ ਬਹੁਤ ਸਾਰੇ ਸਵਾਲਾਂ ਵੱਲ ਇਸ਼ਾਰਾ ਕਰ ਰਹੀ ਹੈ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।